ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਤੁਹਾਡੇ? ਆਈ ਹੋਪ ਹਮੇਸ਼ਾ ਵਾਂਗ ਅੱਜ ਵੀ ਵਧੀਆ ਹੋਵੋਗੇ। ਲਓ ਜੀ, ਅੱਜ ਕਾਫੀ ਟਾਈਮ ਬਾਅਦ ਥੋਟ ਸੀਰੀਜ਼ ਦੀ ਹੈ ਨਾ ਆਪਾਂ ਐਪੀਸੋਡ ਕਰਨ ਲੱਗੇ ਹਾਂ। ਕਾਫੀ ਟਾਈਮ ਹੋ ਗਿਆ ਅਤੇ ਆਲਮੋਸਟ ਸੈਕਿੰਡ ਲਾਸਟ ਜਾਂ ਲਾਸਟ ਹੀ ਮੇਰਾ ਐਪੀਸੋਡ ਹੋਊਗਾ ਫਸਟ ਸੀਰੀਜ਼ ਦਾ। ਵੈਸੇ ਤਾਂ ਜਦ ਮੈਂ ਸ਼ੁਰੂ ਕੀਤੀ ਸੀ ਹੈ ਨਾ, ਮੈਂ ਸੋਚਿਆ ਸੀ ਵੀ 10-12 ਐਪੀਸੋਡ ਹੋਣਗੇ, ਬਟ ਕਿਉਂਕਿ ਮੈਂ ਵੀਡੀਓ ਬਹੁਤ ਬਹੁਤ ਲੇਟ ਪਾਈਆਂ ਨੇ, ਇਸ ਕਰਕੇ ਹੁਣ ਫਸਟ ਸੀਜ਼ਨ ਨੂੰ ਖਤਮ ਕਰਕੇ ਹੁਣ 1-2 ਮਹੀਨੇ ਤੱਕ ਫਿਰ ਦੂਜਾ ਸੀਜ਼ਨ ਸਟਾਰਟ ਕਰਾਂਗੇ। ਅਤੇ ਉਹਦੀਆਂ ਵੀਡੀਓ ਮੈਂ ਪਹਿਲਾਂ ਹੀ ਟਰਾਈ ਕਰੂੰਗਾ ਪ੍ਰਿਪੇਅਰ ਕਰਕੇ ਰੱਖਾ, ਤਾਂ ਕਿ ਹਰ ਹਫ਼ਤੇ ਰੈਗੂਲਰਲੀ ਹੈ ਨਾ ਆ ਜਾਵੇ ਜੇ ਮੈਂ ਬਣਵਾਈ ਹਾਂ। ਬਟ ਚਲੋ ਐਨੀਵੇ, ਔਰ ਜਿਹੜੇ ਮੇਰੇ ਨਵੇਂ ਸਬਸਕ੍ਰਾਈਬਰ ਜੁੜੇ ਹਨ, ਜਿਹਨਾਂ ਨੂੰ ਨਹੀਂ ਪਤਾ ਇਹ ਸੀਰੀਜ਼ ਕੀ ਹੈ, ਪਹਿਲੇ ਮੇਰੇ ਰੈਗੂਲਰ ਜਿਹੜੇ ਡੇਲੀ ਵਲੋਗਸ ਨੇ ਹੈ ਨਾ, ਉਹਦੇ ਨਾਲ ਨਾਲ ਇੱਕ ਮੈਂ ਸੀਰੀਜ਼ ਸਟੋਰੀ ਸੀਗੀ, ਜਿਸ 'ਚ ਕਿ ਮੈਂ ਆਪਣੇ ਥੋਟਸ, ਬਿਲਕੁਲ ਰੋ ਥੋਟਸ, ਕਿ ਮੈਂ ਇੱਕ ਕੋਈ ਟੋਪਿਕ ਚੱਕਦਾ ਸੀਗਾ ਉਸ ਦੇ ਬਾਰੇ ਹੈ ਨਾ, ਮੈਂ ਮੇਰੇ ਜੋ ਥੋਟਸ ਹੁੰਦੇ ਆ ਮੈਂ ਉਸ ਬਾਰੇ ਦੱਸਦਾ, ਅਤੇ ਫਿਰ ਤੁਸੀਂ ਉਹਦੇ ਉੱਪਰ ਹੀ ਕਮੈਂਟ ਰਾਹੀਂ ਰਿਪਲਾਈ ਕਰਦੇ ਹੋ, ਤਾਂ ਜੋ ਆਪਾਂ ਲਾਈਕ ਮਾਈਂਡਡ ਪੀਪਲ ਹੈ ਨਾ ਜੁੜ ਸਕੀਏ ਅਤੇ ਕੁਝ ਸਿੱਖ ਸਕੀਏ ਇੱਕ ਦੂਜੇ ਤੋਂ। ਅਤੇ ਔਰ ਇਹ ਜਸਟ ਮੇਰੇ ਥੋਟਸ ਨੇ, ਮੈਂ ਨਹੀਂ ਕਹਿੰਦਾ ਮੈਨੂੰ ਸਾਰਾ ਕੁਝ ਪਤਾ, ਈਵਨ ਮੈਂ ਤਾਂ ਹੈ ਨਾ ਹਰ ਇੱਕ ਵੀਡੀਓ 'ਚ ਕਹਿੰਦਾ ਹੁੰਦਾ ਕਿ ਮੈਂ ਹੋ ਸਕਦਾ 100% ਹੀ ਗਲਤ ਹੋਵਾਂ, ਬਟ ਇਹ ਜਸਟ ਇੱਕ ਥੋਟਸ ਕਰਕੇ ਮੈਂ ਸੀਰੀਜ਼ ਤੋਰੀ ਹੈ ਨਾ। ਔਰ ਅੱਜ ਦਾ ਐਪੀਸੋਡ ਬਣਾਉਣ ਦਾ ਵਨ ਆਫ ਦਾ ਰੀਜ਼ਨ ਹੈਗਾ ਕਿ ਮੇਰੀ ਇੱਕ ਸਬਸਕ੍ਰਾਈਬਰ ਨਾਲ ਗੱਲ ਹੋਈ ਸੀ ਹੈ ਨਾ ਪਿੱਛੇ ਜਿਹੇ ਹਫ਼ਤੇ ਦੀ ਗੱਲ ਆ, ਤਾਂ ਉਹਨਾਂ ਦੇ ਨਾਲ ਫਿਰ ਫੋਨ 'ਤੇ ਵੀ ਗੱਲ ਹੋਈ, ਤਾਂ ਉਹਨਾਂ ਨੇ ਇੱਕ ਟੋਪਿਕ ਜਿਹਾ ਸੁਜੈਸਟ ਕੀਤਾ ਸੀਗਾ ਕਿ, ਵੈਸੇ ਤੁਸੀਂ ਟਾਈਟਲ ਪੜ੍ਹ ਹੀ ਲਿਆਉਣਾ, ਕਿ ਇੱਦਾਂ ਕਿਉਂ ਹੁੰਦਾ ਵੀ ਸ਼ੁਰੂ 'ਚ ਆਪਣੇ ਕਿਸੇ ਵੀ ਰਿਸ਼ਤੇ ਨੂੰ ਲੈ ਕੇ ਹੈ ਨਾ, ਸ਼ੁਰੂ 'ਚ ਪਰਸਨ ਦੀ ਅਟੈਚਮੈਂਟ ਆਪਣੇ ਨਾਲ ਜ਼ਿਆਦਾ ਹੁੰਦੀ ਹੈ, ਬਟ ਬਾਅਦ 'ਚੋਂ ਜਿਉਂ ਜਿਉਂ ਟਾਈਮ ਲੰਘਦੇ ਉਹ ਅਟੈਚਮੈਂਟ ਘੱਟ ਜਾਂਦੀ ਆ, ਵੀ ਇੱਦਾਂ ਕਿਉਂ ਹੁੰਦਾ ਨਾ। ਤਾਂ ਉਹਨਾਂ ਨੇ ਕਿਹਾ ਕਿ ਮੈਂ 1-2 ਜਣੇ ਨੂੰ ਪੁੱਛਿਆ ਬਟ ਮੈਨੂੰ ਸੈਟੀਸਫੈਕਸ਼ਨ ਜਿਹੜਾ ਆਨਸਰ ਨਹੀਂ ਮਿਲਿਆ, ਸੋ ਮੈਂ ਟਰਾਈ ਕਰੂੰਗਾ ਆਪਣੇ ਵੱਲੋਂ ਜੋ ਮੇਰੇ ਥੋਟਸ ਨੇ ਨਾ ਉਹ ਰੱਖਾਂ, ਸੈਟੀਸਫਾਈ ਹੋਣਾ ਨਾ ਹੋਣਾ ਉਹ ਤਾਂ ਚਲੋ ਅਲੱਗ ਗੱਲ ਆ, ਤੁਹਾਡੀ ਮਰਜ਼ੀ, ਜੇ ਤੁਹਾਨੂੰ ਠੀਕ ਲੱਗਿਆ ਤਾਂ ਵਧੀਆ ਗੱਲ ਆ ਨਾ, ਕਮੈਂਟ ਰਾਹੀਂ ਤੁਸੀਂ ਵੀ ਰਿਪਲਾਈ ਦੇ ਦਿਓ ਜਿਹਨਾਂ ਲਈ ਇਹ ਵੀਡੀਓ ਹੈ ਬੇਸਿਕਲੀ। ਅਤੇ ਬਾਕੀ ਵੀ ਜੋ ਵੀਡੀਓ ਦੇਖ ਰਹੇ ਨੇ, ਤੁਸੀਂ ਵੀ ਜੋ ਇਹ ਟੋਪਿਕ ਬਾਰੇ ਜੋ ਸੋਚਦੇ ਹੋਵੋਗੇ, ਤੁਸੀਂ ਵੀ ਹੈ ਨਾ ਕਮੈਂਟ ਸੈਕਸ਼ਨ ਦੱਸੋ ਕਿ ਤੁਹਾਨੂੰ ਕਿਉਂ ਲੱਗਦਾ ਵੀ ਇੱਦਾਂ ਹੁੰਦਾ, ਰਾਈਟ। ਸੋ ਕਰਦੇ ਹਾਂ ਹੈ ਨਾ ਸਟਾਰਟ। ਔਰ ਅੱਜ ਵੈਸੇ ਇੱਕ ਡੇਲੀ ਵਲੋਗ ਵੀ ਮੈਂ ਸ਼ੂਟ ਕਰਨ ਲੱਗਿਆ ਨਾ, ਹੁਣ ਆਹ ਮੈਂ ਚੱਲੇ ਹੀ ਸੀਗਾ, ਬਟ ਆਹ ਆਪਾਂ ਹੁਣ ਮੈਂ ਸੋਚਿਆ ਥੋਟਸ ਵਾਲੀ ਸ਼ੁਰੂ ਕਰ ਲਈਏ, ਹੁਣ ਇਹ ਬਣਾ ਕੇ ਨਾਲ ਦੀ ਨਾਲ ਹੀ ਫਿਰ ਮੈਂ ਹੁਣ ਦੂਜਾ ਵਲੋਗ ਕੰਟੀਨਿਊ ਕਰੂੰਗਾ। ਅੱਜ ਕੋਈ ਕੰਮ ਜਿਹਾ ਕਰਨਾ, ਉਹ ਆਪਾਂ ਹੁਣ ਤੁਹਾਨੂੰ ਦੂਜੇ ਵਲੋਗ 'ਚ ਦੱਸਾਂਗੇ ਕੀ ਕਰਨਾ। ਸੋ ਹਾਂ, ਹੁਣ ਕਰਦੇ ਹਾਂ ਸਟਾਰਟ। ਵੈਲ, ਮੈਂ ਇਹ ਸੋਚਦਾ ਕਿ ਪਹਿਲੀ ਗੱਲ ਤਾਂ ਮੈਂ ਇਹ ਵੀਡੀਓ ਨੂੰ ਹੈ ਨਾ, ਜਾਂ ਇਹ ਟੋਪਿਕ ਨੂੰ ਦੋ ਹਿੱਸਿਆਂ ਜਿਹੇ 'ਚ ਸੋਚੂੰਗਾ ਕਿ ਪ੍ਰੈਕਟੀਕਲ ਜਿਹਾ ਵਰਜ਼ਨ ਇਹਦਾ ਔਰ ਇਮੋਸ਼ਨਲ ਜਿਹਾ ਵਰਜ਼ਨ ਹੈ ਨਾ। ਮਤਲਬ ਪ੍ਰੈਕਟੀਕਲ ਇਹ ਪਹਿਲੀ ਗੱਲ ਤਾਂ ਕਿ ਮੈਨੂੰ ਕਿਉਂ ਲੱਗਦਾ ਕਿ ਬੰਦਾ ਸ਼ੁਰੂ 'ਚ ਜ਼ਿਆਦਾ ਅਟੈਚ ਹੁੰਦਾ ਜਾਂ ਬਾਅਦ 'ਚੋਂ ਘੱਟ ਜਾਂਦਾ, ਤਾਂ ਇੱਕ ਤਾਂ ਇਹ ਰੀਜ਼ਨ ਹੁੰਦਾ ਕਿ ਕਈ ਵਾਰ ਡਿਸਟੈਂਸ ਫਰਕ ਪਾ ਦਿੰਦਾ ਹੈ ਨਾ, ਵੀ ਸ਼ੁਰੂ 'ਚ ਆਪਾਂ ਉਹਦੀ ਕੰਪਨੀ 'ਚ ਰਹਿੰਦੇ ਹੁੰਦੇ ਹਾਂ, ਬਟ ਕਈ ਵਾਰ ਇਹ ਹੋ ਜਾਂਦਾ ਵੀ ਟਾਈਮ ਬਾਅਦ 'ਚੋਂ, ਥੋੜ੍ਹੇ ਟਾਈਮ ਬਾਅਦ 2-4 ਮਹੀਨੇ ਸਾਲ ਹੈ ਨਾ, ਡਿਪੈਂਡਿੰਗ ਉਪਰ, ਕਈ ਵਾਰ ਉਹਨੂੰ ਜੋਬ ਕਰਕੇ ਜਾਂ ਇਨ ਜਨਰਲ ਕੰਮ ਕਰਕੇ ਆਪਾਂ ਤਾਂ ਦੂਰ ਚਲੇ ਜਾਂਦਾ, ਤਾਂ ਉਹ ਚੀਜ਼ ਵੀ ਆਪਾਂ ਨੂੰ ਐਂ ਲੱਗਦਾ ਵੀ ਬੰਦੇ ਦੀ ਆਪਣੇ ਨਾਲ ਅਟੈਚਮੈਂਟ ਘੱਟ ਗਈ। ਹੁਣ ਫੋਰ ਐਗਜ਼ਾਮਪਲ ਮੈਂ ਆਪਣੇ ਕੇਸ ਲਾ ਲੈਂਦਾ, ਹੁਣ ਜਿਹੜੇ ਮੇਰੇ ਫਰੈਂਡ ਸੀਗੇ ਹੈ ਨਾ ਇੰਡੀਆ 'ਚ ਜਾਂ ਜੋ ਵੀ, ਉੱਥੇ ਹੁਣ ਜਿਵੇਂ ਅਸੀਂ ਪਹਿਲਾਂ ਇਕੱਲੀ ਸਟੱਡੀ ਕਰਦੇ ਸੀ ਹੈ ਨਾ, ਕੋਈ ਹੋਰ ਟੈਨਸ਼ਨ ਨਹੀਂ ਸੀ, ਤਾਂ ਜ਼ਿਆਦਾ ਗੱਲਾਂ ਹੋ ਸਕਦੀਆਂ ਸੀਗੀਆਂ ਸਾਰਾ ਕੁਛ ਹੈ ਨਾ, ਕਿਉਂਕਿ ਸਟੱਡੀ ਤੋਂ ਬਾਅਦ ਘਰ ਲੰਘ ਜਾਣਾ ਹੁੰਦਾ ਜੀ। ਉਸ ਤੋਂ ਬਾਅਦ ਫਿਰ ਸਟੱਡੀ ਤੋਂ ਬਾਅਦ ਮੇਰੀ ਜੋਬ ਸਟਾਰਟ ਹੋ ਗਈ ਉੱਥੇ, ਉਸ 'ਚ ਅਸੀਂ ਇਕੱਲੀ ਜੋਬ ਹੁੰਦੀ ਸੀ ਹੈ ਨਾ, ਉਹ ਹੋਰ ਕੋਈ ਟੈਨਸ਼ਨ ਨਹੀਂ ਸੀ, ਸੋ ਫਿਰ ਵੀ ਟਾਈਮ ਫਰੀ ਪਿਆ ਰਹਿੰਦਾ ਸੀਗਾ, ਵੀਕਐਂਡ ਫਰੀ ਹੁੰਦੇ ਸੀਗੇ। ਅਤੇ ਹੁਣ ਉਹੀ ਚੀਜ਼ ਮੈਂ ਉਰੇ ਦੇਖਾਂ, ਮੈਂ ਨਹੀਂ ਕਹਿੰਦਾ ਉਰੇ ਲਾਈਫ ਜ਼ਿਆਦਾ ਬਿਜ਼ੀ ਹੋ ਗਈ, ਬਟ ਆਹ ਜਿਹੜਾ ਪਹਿਲੂ ਜਿਹਾ ਸ਼ੁਰੂ ਵਾਲਾ ਇਹ ਥੋੜ੍ਹਾ ਜਿਹਾ ਬਿਜ਼ੀ ਹੋ ਜਾਂਦਾ, ਕਿਉਂ ਹੁਣ ਸਟੱਡੀ ਨਾਲ ਨਾਲ ਜੋਬ ਹੈ ਨਾ, ਤਾਂ ਇਹ ਸਾਰਾ ਕੁਛ ਫਿਰ ਬੰਦਾ ਮੈਨੇਜ ਕਰਦਾ, ਉਹ ਟਾਈਮ ਘੱਟ ਜਾਂਦਾ। ਹੁਣ ਟਾਈਮ ਤਾਂ ਬੰਦੇ ਕੋਲ ਲਿਮਿਟਡ ਆ ਨਾ, ਜਿਹੜੇ ਇਨ ਜਨਰਲ ਹੈ ਨਾ, ਮੈਂ ਹਰ ਇੱਕ ਥਿਉਰੀ 'ਚ ਮੰਨਦਾ ਨਾ ਕਿ ਹਰ ਇੱਕ ਚੀਜ਼ ਬੰਦੇ ਕੋਲ ਇੱਕ ਪਰਸਨ ਕੋਲ ਲਿਮਿਟਡ ਆ, ਤਾਂ ਉਹ 100% 'ਚੋਂ ਮੰਨ ਲਾ ਪਹਿਲਾਂ ਬੰਦਾ 50% ਕੰਮ ਨੂੰ ਜਾਂ ਪੜ੍ਹਾਈ ਨੂੰ ਦਿੰਦਾ ਹੁੰਦਾ ਸੀ, 50% ਤੁਹਾਨੂੰ ਦੇ ਦਿੰਦਾ ਸੀਗਾ ਹੈ ਨਾ, ਉਹੀ ਹੁਣ ਬੰਦੇ ਨੇ ਕੰਮ ਪਲੱਸ ਪੜ੍ਹਾਈ ਨੂੰ ਹੈ ਨਾ 60-70% ਦੇ ਦਿੱਤਾ, ਤਾਂ ਉਹ 20% ਰਹਿ ਜਾਂਦਾ। ਦਿਲੋਂ ਬੰਦਾ ਹਜੇ ਵੀ ਉਨਾ ਹੀ ਕਰਦਾ ਹੁੰਦਾ, ਅਟੈਚਡ ਹੁੰਦਾ, ਬਟ ਉਹ ਟਾਈਮ ਘੱਟ ਦੇ ਪਾਉਂਦਾ ਕਿਸੇ ਜੈਨੂਨ ਰੀਜ਼ਨਾਂ ਕਰਕੇ ਹੈ ਨਾ, ਤਾਂ ਆਪਾਂ ਨੂੰ ਲੱਗਦਾ ਕਿ ਉਹਦੀ ਅਟੈਚਮੈਂਟ ਘੱਟ ਗਈ, ਟਾਈਮ ਰਹਿੰਦੇ ਹੈ ਨਾ, ਵੀ ਹੁਣ ਉਹ ਆਪਣਾ ਨਾਲ ਇੰਨਾ ਮੋਹ ਨਹੀਂ ਰਿਹਾ ਉਹਦਾ, ਜਾਂ ਜੋ ਵੀ ਹੈਗਾ, ਜਾਂ ਦੋਸਤੀ ਨਹੀਂ ਰਹੀ ਇੰਨੀ ਸਾਡੀ, ਸੋ ਇੱਕ ਰੀਜ਼ਨ ਇਹ ਵੀ ਆ ਜਾਂਦਾ ਹੈ ਨਾ। ਔਰ ਇਹਦੇ ਨਾਲ ਹੀ, ਬਟ ਮੈਂ ਇਹ ਵੀ ਕਹੂੰਗਾ ਕਿ ਇਹ ਫਿਰ ਬੰਦੇ ਬੰਦੇ ਪਰ ਵੀ ਡਿਪੈਂਡ ਆ। ਹੁਣ ਜਿਵੇਂ ਮੇਰਾ ਇੱਕ ਫਰੈਂਡ ਆ ਨਾ ਨਵੀ, ਮੈਂ ਵਲੋਗ 'ਚ ਉਹਨੂੰ ਘੱਟ ਲੈ ਕੇ ਆਉਂਦਾ, ਕਿਉਂਕਿ ਉਹ ਵੈਸੇ ਇੰਡੀਆ ਤੋਂ ਵੀ ਹੁਣੀ ਆਇਆ, ਅਤੇ ਉਹਦੇ ਆਉਣ ਦੀ ਵੀ ਮੈਂ ਉਹਨੂੰ ਹਜੇ ਇੰਟਰ ਕਰਵਾਇਆ ਨਹੀਂ ਕਦੇ ਵਲੋਗ 'ਚ, ਬਟ ਹੁਣ ਅੱਗੇ ਪਾਰਟੀ ਆਉਣ ਵਾਲੀ ਹੈ ਸਾਡੀ, ਬਰਥਡੇ ਪਾਰਟੀ 3-4 ਜਣਿਆਂ ਦੀ ਇਕੱਠੀ ਹੋ, ਅਤੇ ਅਸੀਂ ਇਕੱਠੇ ਸੈਲੀਬ੍ਰੇਟ ਕਰ ਰਹੇ ਨੇ, ਕਿਉਂਕਿ ਥੋੜ੍ਹੇ ਥੋੜ੍ਹੇ ਦਿਨਾਂ ਬਾਅਦ ਹੀ ਫਰਕ ਆ, ਉਸ 'ਚ ਸ਼ਾਇਦ ਮੈਂ ਤੁਹਾਨੂੰ ਇੰਟਰੋਡਿਊਸ ਕਰਵਾ ਦੇਵਾਂ। ਅਤੇ ਬਟ ਚਲੋ ਐਨੀ ਵੇ ਨਾ, ਹੁਣ ਮੈਂ ਦੱਸ ਰਿਹਾ ਸੀ ਕਿ ਕਿਉਂ ਮੇਰਾ ਫਰੈਂਡ, ਹੁਣ ਅਸੀਂ ਕਈ ਵਾਰ ਆਇਆ ਹੁੰਦਾ 2-2 ਮਹੀਨੇ ਗੱਲ ਨਹੀਂ ਕਰਦੇ, ਆਲਦੋ ਉਹ ਮੇਰਾ ਸਭ ਤੋਂ ਜ਼ਿਆਦਾ ਪੁਰਾਣਾ ਫਰੈਂਡ ਆ, ਮਤਲਬ ਮੇਰੀ ਐਮ ਈ ਉਹਨਾਂ ਨਾਲ ਹੈ ਨਾ, ਸੀ ਆਰ ਉਹਨਾਂ ਨਾਲ, ਇਹਨਾਂ ਨਾਲ ਸਾਰਿਆਂ ਨਾਲ ਜ਼ਿਆਦਾ ਗੱਲ ਹੋ ਜਾਂਦੀ, ਸਿੱਧੂ ਉਹਨਾਂ ਨਾਲ,
ਬਟ ਹਾਂ ਮਤਲਬ ਇੱਕ ਪ੍ਰੈਕਟੀਕਲ ਰੀਜ਼ਨ ਦੇਖੀ ਇਹ ਹੋ ਜਾਂਦਾ ਕਿ ਬੰਦਾ ਜੈਨੂਇਨਲੀ ਬਿਜ਼ੀ ਹੈਗਾ। ਹੁਣ ਜੇ ਇਹਦੀ ਥੋੜ੍ਹੀ ਇਮੋਸ਼ਨਲ ਜਿਹਾ ਹੋ ਕੇ ਸੋਚੀਏ ਕਿ ਹੁਣ ਇਮੋਸ਼ਨਲੀ ਵੀ ਦੋ ਪਹਿਲੂ ਜੇ ਨੇ, ਪੋਜ਼ਿਟਿਵ ਜਿਹਾ ਵੀ ਆ ਨਾ ਨੈਗੇਟਿਵ ਵੀ ਆ। ਪੋਜ਼ਿਟਿਵ ਇੱਕ ਤਾਂ ਮੈਨੂੰ ਲੱਗਦਾ ਵੀ ਇਹੀ ਹੈ ਜਿੱਦਾਂ ਮੈਂ ਦੱਸਿਆ ਵੀ ਲੌਂਗ ਡਿਸਟੈਂਸ ਵਾਲਾ, ਕਿ ਇੱਕ ਹਿਊਮਨ ਨੇਚਰ ਹੁੰਦਾ ਨਾ ਵੀ ਆਪਾਂ ਜਦ ਨਵਾਂ ਬੰਦਾ ਮਿਲਦਾ, ਨਵੀਂ ਕੋਈ ਵੀ ਚੀਜ਼ ਮਿਲਦੀ ਹੈ ਨਾ, ਕਈ ਮੰਨ ਲਓ ਨਵੀਂ ਗੱਡੀ ਆ ਹੈ ਨਾ, ਨਵਾਂ ਫੋਨ ਆ, ਕੁਛ ਵੀ ਆ ਨਵੀਂ ਹੁੰਦਾ, ਚਾਅ ਹੁੰਦਾ ਨਾ ਫੋਨ ਨੂੰ, ਆਪਾਂ ਪਹਿਲਾਂ ਸੰਭਾਲ ਕੇ ਰੱਖਦੇ, ਬਾਅਦ 'ਚੋਂ ਆਈ ਆਪਾਂ ਸਿੱਟਦੇ ਰਹਿੰਦੇ ਹਾਂ। ਸੇਮ ਆਹੀ ਚੀਜ਼ ਕਿਤੇ ਨਾ ਕਿਤੇ ਬੰਦਿਆਂ ਨਾਲ ਵੀ ਲਾਗੂ ਹੁੰਦੀ ਹੈ ਨਾ, ਕਿ ਸ਼ੁਰੂ 'ਚ ਆਪਾਂ ਐਕਸਾਈਟਡ ਹੁੰਦੇ ਹਾਂ ਉਹ ਪਰਸਨ ਲੈ ਕੇ, ਕਿਸੇ ਨੂੰ ਵੀ ਨਵੇਂ ਨੂੰ ਮਿਲਦੇ ਹਾਂ, ਅਗਰ ਆਪਣੀ ਮੱਤ ਮਿਲ ਜਾਂਦੀ ਆ। ਵੈਸੇ ਤਾਂ ਚੱਲ ਡੇਲੀ ਬਹੁਤ ਜਣੇ ਮਿਲਦੇ ਹਾਂ, ਬਟ ਜਿਹਦੇ ਨਾਲ ਆਪਣੀ ਹੈ ਨਾ ਥੋੜ੍ਹੀ ਜਿਹੀ ਮੱਤ ਮਿਲ ਜਾਂਦੀ, ਆਪਾਂ ਫਿਰ ਉਹਦੇ ਨਾਲ ਜਿਉਂ ਜਿਉਂ ਟਾਈਮ ਬਿਤਾਉਂਦੇ ਹਾਂ, ਸ਼ੁਰੂ 'ਚ ਆਪਾਂ ਐਕਸਾਈਟਡ ਹੁੰਦੇ ਹਾਂ, ਕਿਉਂ ਹਰ ਇੱਕ ਚੀਜ਼ ਆਪਾਂ ਉਹਦੇ ਨਾਲ ਨਵੀਂ ਕਰਦੇ ਹਾਂ, ਹਰ ਇੱਕ ਚੀਜ਼ ਆਪਾਂ ਨਵਾਂ ਐਕਸਪੀਰੀਅੰਸ ਕਰਦੇ ਹਾਂ, ਸੋ ਉਹ ਚੀਜ਼ ਹਰ ਰੋਜ਼ ਆਪਾਂ ਨੂੰ ਐਕਸਾਈਟਡ ਕਰਦੇ ਹਾਂ, ਬਟ ਜਿਉਂ ਜਿਉਂ ਟਾਈਮ ਲੰਘਦਾ ਆਪਾਂ ਯੂਜ਼ ਟੂ ਹੋ ਜਾਂਦੇ ਹਾਂ, ਤਾਂ ਉਹ ਕਿਤੇ ਨਾ ਕਿਤੇ ਉਹ ਐਕਸਾਈਟਮੈਂਟ ਘੱਟ ਜਾਂਦੀ ਆ। ਉਹ ਫਿਰ ਗੱਲ ਆ ਜਾਂਦੀ ਹੈ ਬੰਦੇ ਬੰਦੇ ਪਰ ਕਿ ਉਹਨੇ ਕਿੱਕਣਾ ਰਿਲੇਸ਼ਨ ਨੂੰ ਐਕਸਾਈਟਡ ਰੱਖਣਾ ਆ, ਹੋਰ ਵੀ ਜੋ ਗੱਲਾਂ ਨੇ ਹੈ ਨਾ, ਬਟ ਸ਼ੁਰੂ 'ਚ ਮਤਲਬ ਇਹ ਚੀਜ਼ ਹੁੰਦੀ ਆ। ਸੋ ਇੱਕ ਇਹ ਵੀ ਰੀਜ਼ਨ ਆ ਜਾਂਦਾ ਕਿ ਬੰਦੇ ਦੀ ਤੁਹਾਡੇ ਨਾਲ ਅਟੈਚਮੈਂਟ ਘੱਟ ਜਾਂਦੀ ਆ, ਠੀਕ ਆ। ਔਰ ਹੁਣ ਦੂਹੀ ਇਹਦਾ ਨੈਗੇਟਿਵ ਪੱਖ ਵੀ ਦੇਖੀਏ, ਉਹ ਮੈਨੂੰ ਇਹ ਲੱਗਦਾ ਕਿ ਇਹ ਕਈਆਂ ਦਾ ਸੱਚੀ ਨੇਚਰ ਹੁੰਦਾ ਵੀ ਉਹ ਨਹੀਂ ਟਾਈਮ ਕੱਢ ਪਾਉਂਦੇ ਜ਼ਿਆਦਾ, ਹੈ ਨਾ, ਜਾਂ ਮੇ ਬੀ ਹੋ ਸਕਦਾ ਤੁਹਾਡੀ ਆਪਸ 'ਚ ਨਾ ਬਣਦੀ ਹੋਵੇ, ਇਹ ਵੀ ਰੀਜ਼ਨ ਹੋ ਜਾਂਦਾ, ਕਈ ਵਾਰ ਦੋਸਤਾਂ ਦੀ ਨਹੀਂ ਬਣਦੀ ਆ, ਪਿਆਰ 'ਚ ਨਹੀਂ ਬਣਦੀ ਆ ਇਨ ਜਨਰਲ, ਹੈ ਨਾ। ਉਹ ਹੁਣ ਇਹਨੂੰ ਮੈਂ, ਕਿਉਂਕਿ ਮੈਂ ਕਦੇ ਵੀ ਇਮੋਸ਼ਨਲ ਨਾਲੋਂ ਜ਼ਿਆਦਾ ਪ੍ਰੈਕਟੀਕਲ ਸੋਚਦਾ, ਮੈਂ ਸਮਝਦਾ ਹੁੰਦਾ ਯਾਰ ਇੱਦਾਂ ਦੇ ਰਿਲੇਸ਼ਨ, ਹੈ ਨਾ, ਇੱਦਾਂ ਦੀ ਦੋਸਤੀ ਨੂੰ ਖਿੱਚਣ ਨਾਲੋਂ ਬੰਦਾ ਵਧੀਆ ਕਿ ਅਗਰ ਸਿੱਧਾ ਬੰਦਾ ਕਹਿ ਦੇਵੇ ਵੀ ਮੇਰਾ ਹੈ ਨਾ ਵਰਕਆਊਟ ਨਹੀਂ ਕਰ ਰਿਹਾ, ਤਾਂ ਟਰਾਈ ਕਰੋ, ਇੱਕ ਦੋ ਵਾਰ ਟਰਾਈ ਕਰੋ, ਅਗਰ ਹੈ ਨਾ ਬਣਦਾ ਨਹੀਂ ਬਣਦਾ ਤਾਂ ਅਗਲੇ ਨੂੰ ਕਹਿ ਦਿਓ ਵੀ ਨਹੀਂ ਹੋ ਰਿਹਾ, ਤਾਂ ਮੈਂ ਮੰਨਦਾ ਦੂਜੇ ਨੂੰ ਵੀ ਇਹ ਚੀਜ਼ ਦੀ ਰਿਸਪੈਕਟ ਕਰਨੀ ਚਾਹੀਦੀ ਆ, ਕਿਉਂਕਿ ਇਨ ਦੀ ਐਂਡ ਯਾਰ ਆਪਣੀ ਆਪਣੀ ਲਾਈਫ ਆ, ਆਪਾਂ ਕਿਸੇ ਨੂੰ ਕੁਛ ਉਹ ਨਹੀਂ ਕਰਦੇ, ਭਾਵੇਂ ਭਲੇ ਆਪਾਂ ਕਿੰਨੇ ਇਮੋਸ਼ਨਲੀ ਅਟੈਚ ਹੋਏ ਹੋਈਏ, ਭਲੇ ਆਪਾਂ ਕਿਸੇ ਲਈ ਕੀ ਉਹ ਕੀਤਾ ਹੋਵੇ, ਪਰ ਇਨ ਦੀ ਐਂਡ ਸਟਿਲ ਉਹ ਉਹਦੀ ਲਾਈਫ ਆ, ਉਹ ਆਪਣੀ ਗਲਤੀ ਆ, ਜਾਂ ਆਪਣਾ ਉਹ ਕਹਿ ਲਓ ਕਿ ਆਪਾਂ ਰਿਸਪੋਂਸੀਬਲ ਹਾਂ, ਆਪਾਂ ਉਹਦੇ 'ਤੇ ਟਰੱਸਟ ਕੀਤਾ ਜਾਂ ਆਪਾਂ ਉਸ 'ਤੇ ਉਹ ਕੀਤਾ, ਹੈ ਨਾ, ਅਤੇ ਅਗਲੇ ਨੇ ਵੀ ਉਨਾ ਕੁ ਆਪਾਂ ਨੂੰ ਕੀਤਾ ਹੋਊਗਾ, ਅਤੇ ਬਟ ਇਨ ਦੀ ਐਂਡ ਭਾਵੇਂ ਉਹ ਤੁਹਾਨੂੰ ਉੱਦਾਂ ਤੁਹਾਨੂੰ ਟਰੱਸਟ ਤੋੜਦਾ ਜਾਂ ਇਨ ਜਨਰਲ ਉਹ ਤੁਹਾਨੂੰ ਆ ਕੇ ਕਹਿ ਦਿੰਦਾ ਕਿ ਮੇਰਾ ਨਹੀਂ ਵਰਕਆਊਟ ਕਰ ਰਿਹਾ, ਅਤੇ ਆਈ ਥਿੰਕ ਆਪਾਂ ਨੂੰ ਉਸਦੀ ਰਿਸਪੈਕਟ ਕਰਨੀ ਚਾਹੀਦੀ ਆ। ਐਥੀਕਲੀ ਠੀਕ ਹੈਗਾ ਅਗਰ ਤੁਹਾਡਾ ਕੋਈ ਟਰੱਸਟ ਤੋੜਦਾ ਨਹੀਂ ਹੈਗਾ, ਮੇ ਬੀ, ਹੈ ਨਾ, ਗਲਤ ਗੱਲ ਆ ਅਗਰ ਕੋਈ ਤੁਹਾਡੇ ਨਾਲ ਤੁਹਾਨੂੰ ਚੀਟ ਕਰਦਾ ਜਾਂ ਕੁਛ ਵੀ ਕਰਦਾ, ਬਟ ਫਿਰ ਹੈ ਨਾ ਫਿਰ ਵੀ ਉਹੀ ਗੱਲ ਆ ਗਈ ਕਿ ਲਾਈਫ ਤਾਂ ਉਹਦੀ ਆ, ਤੁਸੀਂ ਉਹ ਥੋੜ੍ਹੀ ਕਰਦੇ ਹੋ ਉਹਨੂੰ ਕੁਛ, ਹੈ ਨਾ, ਕੋਈ ਧੱਕਾ ਥੋੜ੍ਹੀ ਆ, ਅਗਲਾ ਇਹੋ ਜਿਹਾ ਹੈਗਾ ਸੋ ਹੈਗਾ, ਹੈ ਨਾ, ਕਿਤੇ ਨਾ ਕਿਤੇ ਤੁਸੀਂ ਵੀ ਉਹ 'ਚ ਰਿਸਪੋਂਸੀਬਲ ਹੈਗੇ ਹੋ ਨਾ, ਕਿ ਤੁਸੀਂ ਟਰੱਸਟ ਤਾਂ ਤੁਸੀਂ ਵੀ ਕੀਤਾ ਨਾ, ਤੁਹਾਡੀ ਮਤਲਬ ਗਲਤੀ ਇਹ ਹੋ ਜਾਂਦੀ ਹੈ ਕਿ ਆਪਾਂ ਟਰੱਸਟ ਕਰ ਲੈਂਦੇ ਹਾਂ। ਸੋ ਵੈਸੇ ਟੋਪਿਕ ਦੇ ਰਿਲੇਟਡ ਨਹੀਂ ਆ, ਬਟ ਚਲੋ ਮੈਂ ਨਾਲ ਦੀ ਨਾਲ ਲੈ ਗਿਆ, ਕਿਉਂਕਿ ਮੈਂ ਦੱਸਿਆ ਨਾ ਮੈਂ ਹਰਾਓ ਜੀ ਵੀਡੀਓ ਰੱਖਦਾ ਨਨ ਕੱਟ ਜੋ ਵੀ ਮੇਰੇ ਥੋਟਸ ਹੁੰਦੇ ਆ। ਸੋ ਮਤਲਬ ਇੱਕ ਮੈਨੂੰ ਇਹ ਲੱਗਦਾ ਵੀ ਕਈ ਵਾਰ ਉਹ ਪਰਸਨ ਇਹ ਇੱਦਾਂ ਹੁੰਦਾ ਕਿ ਜ਼ਿਆਦਾ ਟਾਈਮ ਕਿਸੇ ਨਾਲ ਨਹੀਂ ਬਣਦੀ, ਉਹਨੂੰ ਐਂ ਹੁੰਦਾ ਵੀ ਇੱਕ ਨਾਲ ਹੋ ਗਿਆ ਜਿੰਨਾ ਟਾਈਮ ਐਕਸਾਈਟਮੈਂਟ ਆ, ਹੋ ਗਿਆ ਡਨ ਆ, ਫਿਰ ਉਸ ਤੋਂ ਬਾਅਦ ਨਵਾਂ ਪਰਸਨ, ਫਿਰ ਉਹਦੇ ਨਾਲ ਫਿਰ ਨਵਾਂ ਪਰਸਨ, ਸੋ ਕਈ ਵਾਰ ਇਹ ਵੀ ਚੀਜ਼ਾਂ ਹੋ ਜਾਂਦੀਆਂ, ਕਈ ਵਾਰ ਆਪਾਂ ਲਾਈਫ 'ਚ ਗਲਤ ਚੋਇਸਿਸ ਬਣਾ ਲੈਂਦੇ ਹਾਂ, ਹੈ ਨਾ, ਇੱਦਾਂ ਦਾ ਪਰਸਨ ਮਿਲ ਜਾਂਦਾ। ਬਟ ਸੋ ਮਤਲਬ ਇਹ ਸਾਰੇ ਰੀਜ਼ਨ ਜੇ ਨੇ, ਬਟ ਆਈ ਹੋਪ ਚਲੋ ਸਾਰਿਆਂ ਨੂੰ ਇੱਦਾਂ ਦਾ ਪਰਸਨ ਨਾ ਮਿਲੇ, ਹੈ ਨਾ, ਜਾਂ ਅਗਰ ਮਿਲੇ ਤਾਂ ਤੁਸੀਂ ਸਮਝੋ ਕਿ ਇੱਦਾਂ ਵੀ ਹੁੰਦਾ। ਹੁਣ ਵੈਸੇ ਇਹ ਵੀ ਗੱਲ ਆ ਕਿ ਜ਼ਰੂਰੀ ਨਹੀਂ ਅਗਰ ਬੰਦੇ ਦੀ ਤੁਹਾਡੇ ਨਾਲ ਅਟੈਚਮੈਂਟ ਘੱਟ ਗਈ, ਮਤਲਬ ਬੋਲ ਚਾਲ ਪੱਖੋਂ, ਤਾਂ ਦਿਲੋਂ ਵੀ ਉਹਦਾ ਪਿਆਰ ਘੱਟ ਗਿਆ, ਹੈ ਨਾ, ਇਹ ਵੀ ਫਰਕ ਹੁੰਦਾ। ਕਈ ਵਾਰ ਬੰਦੇ ਦਿਲੋਂ 'ਚ ਉਦਾਂ ਹੀ ਪਿਆਰ ਹੁੰਦਾ, ਬਟ ਕੁਝ ਰੀਜ਼ਨ ਕਰਕੇ ਉਹ ਤੁਹਾਡੇ ਨਾਲ ਰੱਖਣਾ ਨਹੀਂ ਚਾਹੁੰਦਾ ਹੁੰਦਾ, ਦੋਸਤੀ ਜਾਂ ਪਿਆਰ ਜਾਂ ਜੋ ਵੀ ਹੈ, ਹੈ ਨਾ, ਅਤੇ ਜਾਂ ਕਈ ਵਾਰ ਜਿੱਦਾਂ ਮੈਂ ਦੱਸਿਆ ਪ੍ਰੈਕਟੀਕਲ ਰੀਜ਼ਨ ਵੀ ਵਿੱਚ ਆ ਜਾਂਦੇ ਕਿ ਦਿਲੋਂ ਨਹੀਂ ਹੁੰਦਾ, ਬਟ ਆਪਾਂ ਨੂੰ ਐਂ ਲੱਗਦਾ ਵੀ ਹੁਣ ਗੱਲ ਘੱਟ ਕਰਦਾ ਜਾਂ ਹੁਣ ਉੱਦਾਂ, ਜਾਂ ਕਈ ਵਾਰ ਬੰਦਾ ਲਾਈਫ ਨੂੰ ਲੈ ਕੇ ਇੰਨਾ ਡਿਪਰੈਸ਼ਨ 'ਚ ਚਲੇ ਜਾਂਦਾ ਜਾਂ ਮਤਲਬ ਟੈਨਸ਼ਨ ਹੁੰਦੀ ਆ ਉਹਨੂੰ, ਕਿ ਉਹ ਆਹ ਰਿਸ਼ਤਿਆਂ ਨੂੰ ਇੱਦਾਂ ਟਾਈਮ ਘੱਟ ਦੇਣ ਲੱਗ ਜਾਂਦਾ, ਹੈ ਨਾ, ਅਤੇ ਆਪਾਂ ਨੂੰ ਲੱਗਦਾ ਯਾਰ ਉਹ ਕਰਦਾ ਨਹੀਂ, ਅਤੇ ਜੇ ਆਪਾਂ ਇਹਦੇ ਬਾਰੇ ਕੋਈ ਗੱਲ ਕਰਦੇ ਹਾਂ ਤਾਂ ਅੱਗੇ ਤੋਂ ਹੈ ਨਾ ਬੰਦਾ ਰਿਊਡ ਹੁੰਦਾ, ਜਾਂ ਕਈ ਵਾਰ ਤਾਂ ਫਿਰ ਆਪਾਂ ਨੂੰ ਹੋਰ ਜ਼ਿਆਦਾ ਇਹ ਚੀਜ਼ ਹੋ ਜਾਂਦੀ ਵੀ ਯਾਰ ਹੁਣ ਪਿਆਰ ਨਹੀਂ ਰਿਹਾ ਜਾਂ ਦੋਸਤੀ ਨਹੀਂ ਰਹੀ, ਹੈ ਨਾ, ਵੀ ਮੋਹ ਜਾਂ ਨਹੀਂ ਰਿਹਾ ਰਿਸ਼ਤੇ। ਸੋ ਡਿਪੈਂਡ ਕਰਦਾ ਸਿਚੁਏਸ਼ਨ ਪਰ, ਡਿਪੈਂਡ ਕਰਦਾ ਪਰਸਨ ਪਰ, ਅਤੇ ਡਿਪੈਂਡ ਕਰਦਾ ਮੇਨਲੀ ਤੁਹਾਡੇ ਪਰ, ਤੁਸੀਂ ਕਿੱਦਾਂ ਡੀਲ ਕਰਦੇ ਹੋ, ਹੈ ਨਾ। ਬਟ ਜੇ ਅਗਰ ਇਨ ਜਨਰਲ ਜਿਹੜੀ ਤੁਸੀਂ ਹੈ ਨਾ ਮਤਲਬ ਸਟੇਟਮੈਂਟ ਜਿਹਦੀ ਗੱਲ ਕਰੀਏ ਕਿ ਜੋ ਆਪਣਾ ਟੋਪਿਕ ਆ ਕਿ ਇੱਦਾਂ ਕੀ ਹੁੰਦਾ ਸ਼ੁਰੂ 'ਚ ਜ਼ਿਆਦਾ ਅਤੇ ਬਾਅਦ 'ਚੋਂ ਘੱਟ ਜਾਂਦਾ, ਸੋ ਇਹਦੇ ਮੈਨੂੰ ਆ 3-4 ਮੇਨ ਰੀਜ਼ਨ ਦੇ ਲੱਗੇ ਕਿ ਇਹ ਹੁੰਦਾ। ਬਾਕੀ ਆਫ ਟੋਪਿਕ ਚਲੇ ਗਿਆ ਹੋਵਾਂ ਤਾਂ ਥੋੜ੍ਹੀ ਜਿਹੀ ਮਾਫੀ ਆ, ਹੈ ਨਾ, ਅਤੇ ਬਟ ਇਹ ਲਾਈਨ ਜੀ ਪੜ੍ਹ ਕੇ ਮੇਰੇ ਦਿਮਾਗ 'ਚ ਤਾਂ ਇਹ ਚੀਜ਼ਾਂ ਆਈਆਂ। ਬਾਕੀ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ, ਜਾਂ ਤੁਹਾਡੀ ਕੋਈ ਇਹਦੇ ਰਿਲੇਟਡ ਸਟੋਰੀ ਆ, ਹੈ ਨਾ, ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ, ਮੈਂ ਸਾਰੇ ਰਿਪਲਾਈ ਕਰਦਾ ਕਮੈਂਟਾਂ ਦਾ, ਟਰਾਈ ਕਰਾਂਗੇ, ਹੈ ਨਾ, ਕਿ ਕੁਛ ਨਵੀਂ ਚੀਜ਼ ਸਿੱਖਾਂ, ਮੈਂ ਵੀ ਸਿੱਖਾਂ, ਹੈ ਨਾ, ਅਤੇ